ਸੀਰਤੁਲ ਮਹਦੀ ਮਰਜ਼ਈਆਂ ਦੀ ਕਿਤਾਬ ਹੈ, ਉਹ ਪੜ੍ਹਦੇ ਸੀ ਤੈਤੁਲ ਲਫ਼ਜ਼ ਜੀ। ਸੀਰਤੁਲ ਮਹਦੀ ਮਰਜ਼ਈਆਂ ਦੀ ਕਿਤਾਬ ਹੈ, ਜਿਲਦ 3 ਸਫ਼ਾ 210 ਵਾਲਾ ਬਾਬ ਹੈ। ਜਿਲਦ 3 ਸਫ਼ਾ 210 ਵਾਲਾ ਬਾਬ ਹੈ। ਆਖਿਆ ਕਿ ਭਨ ਨਾਮ ਇੱਕ ਨੌਕਰਾਣੀ ਸੀ, ਅਕਲਮੰਦ ਰੱਜ ਕੇ ਤੇ ਪੁੱਜ ਕੇ ਸਿਆਣੀ ਸੀ। ਲਿਖਿਆ ਕਿ ਭਨ ਨਾਮ ਇੱਕ ਨੌਕਰਾਣੀ ਸੀ, ਅਕਲਮੰਦ ਰੱਜ ਕੇ ਤੇ ਪੁੱਜ ਕੇ ਸਿਆਣੀ ਸੀ। ਇੱਕ ਰਾਤ ਮਿਰਜ਼ੇ ਹੋਣੀ ਖੁਸ਼ੀ ਦੇ ਧਿਆਨ ਵਿੱਚ ਚਾਈ ਚਾਈ ਸੁੱਤੇ ਪੈ ਸੀ ਆਪਣੇ ਮਕਾਨ ਵਿੱਚ। ਲੱਤਾਂ ਜਨਾਬ ਦੀਆਂ ਭਨ ਘੁੱਟ ਰਹੀ ਸੀ, ਲੱਤਾਂ ਜਨਾਬ ਦੀਆਂ ਭਨ ਘੁੱਟ ਰਹੀ ਸੀ, ਦੌਲਤ ਸਵਾਬ ਦੀਆਂ ਕੱਲੀ ਲੁੱਟ ਰਹੀ ਸੀ। ਦੌਲਤ ਸਵਾਬ ਦੀਆਂ ਕੱਲੀ ਲੁੱਟ ਰਹੀ ਸੀ। ਭਨ ਪੁੱਛਿਆ, ਹਜ਼ਰਤ ਜੀ ਇਹ ਸਖ਼ਤ ਸਖ਼ਤ ਕੀ ਹੈ? ਭਨ ਪੁੱਛਿਆ, ਹਜ਼ਰਤ ਜੀ ਇਹ ਸਖ਼ਤ ਸਖ਼ਤ ਕੀ ਹੈ? ਮਿਰਜ਼ੇ ਨੇ ਆਖਿਆ ਕਿ ਮੰਜੀ ਦੀ ਇਹੀ ਹੈ। ਮਿਰਜ਼ੇ ਨੇ ਆਖਿਆ ਮੰਜੀ ਦੀ ਇਹੀ ਹੈ, ਨਬੀ ਦੇ ਮੁਰੀਦਾਂ ਦੀ ਜਿਹੀ ਮਾਰੀ ਮੱਤ ਤੇ, ਨਬੀ ਤੇ ਮੁਰੀਦਣੀ ਦੀ ਜਿਹੀ ਮਾਰੀ ਮੱਤ ਤੇ। ਦੋਨਾਂ ਨੂੰ ਨਾ ਪਤਾ ਲੱਗਾ ਹੀ ਇਹ ਕਿ ਲਾਤੇ, ਦੋਵਾਂ ਨੂੰ ਨਾ ਪਤਾ ਲੱਗਾ ਹੀ ਇਹ ਕਿ ਲਾਤੇ। ਵਾੜੇ ਵਿੱਚ ਰੁੱਖ ਸੀ, ਮੈਂ ਉਹਨੂੰ ਜੱਫਾ ਪਾ ਲਿਆ। ਵਿਹੜੇ ਵਿੱਚ ਰੁੱਖ ਸੀ, ਮੈਂ ਉਹਨੂੰ ਜੱਫਾ ਪਾ ਲਿਆ। ਚੰਗੀ ਤਰ੍ਹਾਂ ਹੱਥ ਪਾ ਕੇ ਪੱਬਾ ਨੂੰ ਉਠਾ ਲਿਆ, ਜ਼ੋਰ ਲਾ ਕੇ ਥੋੜਾ ਜਿਹਾ ਇਧਰੋਂ, ਮੈਂ ਐ ਹੋਇਆ, ਮੇਰੇ ਵਿੱਚੋਂ ਮੈਂ ਜੰਮਿਆ, ਮੈਂ ਵੱਲ ਮੈਂ ਹੋਇਆ।